हेलो व्यर्स वेलकम टू माई चैनल स्टडी मैंड टोर अब करन जा रहे हैं पंजाबी व्याकरण का वीवा भाग भाग वी, जो कि लिए बहुत ज्यादा इंपोर्टेंट है क्योंकि जिमें पता ही होएगा आप कर रहे हैं प्रीवियस ईयर क्वेश्चन जो कि लिए बहुत ज़्यादा फायदेमंद हैं क्योंकि जो भी पंजाब के कॉम्पीटिटिव एग्जाम ਹਾਂ ਮੋਸਟਲੀ ਇਹਨਾਂ ਚੋ ਕੁਐਸ਼ਨ ਪੁੱਛੇ ਜਾਂਦੇ ਹਨ ਰਿਪੀਟਿਡ ਹੁੰਦੇ ਹਨ ਅਗਰ ਰਿਪੀਟ ਨਾ ਹੋਂਦਾ ਇਹਨਾਂ ਦੇ ਰਿਲੇਟਿਡ ਹੀ ਕੁਐਸ਼ਨ ਪੁੱਛੇ ਜਾਂਦੇ ਹਨ ਜਿਵੇਂ ਕਿ ਲਿੰਗ ਵਚਨ ਅਖੋਤਾਂ ਮੁਹਾਵਰੇ ਇਹ ਆਪਸ ਵਿੱਚ ਰਿਲੇਟਿਡ ਹੁੰਦੇ ਹਨ ਕਿੰਨੇ ਕੁਐਸ਼ਨ ਐਗਜ਼ਾਮ ਵਿੱਚ ਕਿਸ ਤਰੀਕੇ ਨਾਲ ਪੁੱਛੇ ਜਾਂਦੇ ਹਨ ਠੀਕ ਹੈ ਇਹਨਾਂ ਨੂੰ ਆਪਾਂ ਪੂਰੀ ਚੰਗੀ ਤਰ੍ਹਾਂ ਡਿਟੇਲ ਵਿੱਚ ਕਰ ਰਹੇ ਹਾਂ ਅਗਰ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗ ਰਹੀ ਹੈ ਤਾਂ ਪਲੀਜ਼ ਵੀਡੀਓ ਨੂੰ ਲਾਈਕ ਜ਼ਰੂਰ ਕਰ ਦੇਣਾ ਚੈਨਲ ਨੂੰ ਅਗਰ ਅਜੇ ਤੱਕ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ ਤਾਂ ਕਿ ਇਸ ਵੀਡੀਓ ਦੇ ਨਾਲ ریلیਟਿਡ ਹੋਰ ਵੀ ਨੋਟੀਫਿਕੇਸ਼ਨਸ ਤੁਹਾਨੂੰ ਮਿਲਦੀਆਂ ਰਹਿਣ ਤੇ ਤੁਸੀਂ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰਨਾ ਜਿਵੇਂ ਕਿ ਤੁਹਾਨੂੰ ਪਤਾ ਹੀ ਹੋਏਗਾ ਆਪਾਂ ਇਸ ਤੋਂ ਪਹਿਲਾਂ ਪੰਜਾਬੀ ਵਿਆਕਰਨ ਦੇ 19 ਭਾਗ ਕਰ ਚੁੱਕੇ ਹਾਂ ਜਿਸ ਵਿੱਚ ਆਪਾਂ ਪ੍ਰੀਵੀਅਸ ইয়ার ਕੁਐਸਚਨਸ ਦੇ ਨਾਲ-ਨਾਲ ਜਿਹੜੇ ਕਿ ਆਪਨੇ ਨਾਮ ਪੜਨਾਮ ਕਿਰਿਆ ਕਿਰਿਆ ਵਿਸ਼ੇਸ਼ਣ ਸੰਬੰਧਕ ਯੋਜਕ ਠੀਕ ਹੈ ਇਹਨਾਂ ਸਬਦੀਆਂ ਪਰਿਭਾਸ਼ਾ ਤੇ ਇਹਨਾਂ ਦੇ ਪ੍ਰਕਾਰ ਨੂੰ ਡਿਟੇਲ ਵਿੱਚ ਕੀਤਾ ਹੋਇਆ ਹੈ ਪ੍ਰਕਾਰ ਦੀਆਂ ਵੀ ਅਗੋਂ ਆਪ ਪਰਿਭਾਸ਼ਾ ਨੂੰ ਵੀ ਡਿਟੇਲ ਵਿੱਚ ਕੀਤਾ ਹੈ ਇਸ ਦੀਆਂ ਉਦਾਹਰਨਾਂ ਵੀ ਚੰਗੀ ਤਰ੍ਹਾਂ ਕੀਤੀਆਂ ਕਿਉਂਕਿ ਇਗਜ਼ਾਮ ਵਿੱਚ ਇਹ ਬਹੁਤ ਜ਼ਿਆਦਾ ਪੁੱਛੇ ਜਾਂਦੇ ਹਨ ਕਈ ਤਰ੍ਹਾਂ ਦੀਆਂ ਜਿਵੇਂ ਕਿਰਿਆ ਵਿਸ਼ੇਸ਼ਣ ਇਹਨਾਂ ਸਬਦੀਆਂ ਉਦਾਹਰਨਾਂ ਵੀ ਇਗਜ਼ਾਮ ਵਿੱਚ ਪੁੱਛੀਆਂ ਜਾਂਦੀਆਂ ਹਨ ਪੜਨਾਮ ਦੀਆਂ ਨਾਮ ਦੀਆਂ অপਸ਼ਨਸ ਵਿੱਚ ਪੁੱਛੀਆਂ ਜਾਂਦੀਆਂ ਹਨ ਤਾਂ ਤੁਹਾਡੇ ਵਾਸਤੇ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਤਾਂ ਅਜੇਕਰ ਤੁਸੀਂ ਉਹ ਵੀਡੀਓਜ਼ ਨਹੀਂ ਦੇਖਿਆ ਤਾਂ ਪਲੀਜ਼ ਉਹਨਾਂ ਨੂੰ ਜ਼ਰੂਰ ਦੇਖ ਲੈਣਾ ਕਿਉਂਕਿ ਜਿਵੇਂ ਕਿ ਮੈਂ ਤੁਹਾਨੂੰ ਕਹਿ ਰਹੀਆਂ ਕਿ ਸਾਰੇ ਕੁਐਸਚਨ ਰਿਪੀਟਡ ਨਹੀਂ ਹੁੰਦੇ ਤੁਹਾਡੇ ਲਈ ਇਹ ਵੀਡੀਓਜ਼ ਦੇਖਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਬੈਨੀਫੀਸ਼ੀਅਲ ਹੈ ਠੀਕ ਹੈ ਹੁਣ ਆਪਾਂ ਅੱਜ ਸ਼ੁਰੂ ਕਰਨ ਜਾ ਰਹੇ ਹਾਂ ਪੰਜਾਬੀ ਵਿਆਕਰਨ ਦਾ ਭਾਗ 2 ਠੀਕ ਹੈ ਸਭ ਤੋਂ ਪਹਿਲਾਂ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਹਰ ਪੇਪਰ ਵਿੱਚ ਇੱਕ ਜਾਂ ਦੋ ਮੁਹਾਵਰੇ ਅਖੋਤਾਂ ਪੁੱਛੇ ਜਾਂਦੇ ਹਨ ਇੱਕ ਮੁਹਾਵਰਾ ਜਾਂ ਉਸ ਦਾ ਸ਼ੁੱਧ ਕਰੋ ਜਾਂ ਡੈਸ਼ ਵਿੱਚ ਕਿਸੇ ਨਾ ਕਿਸੇ ਤਰੀਕੇ ਪੁੱਛਿਆ ਜਾਂਦਾ ਹੈ ਜਾਂ ਉਸ ਦਾ ਅਰਥ ਦੋਸਤੋ ਸੇਮ ਉਸੇ ਤਰ੍ਹਾਂ ਇੱਕ ਅਖੋਤ ਵੀ ਪੁੱਛੀ ਜਾਂਦੀ ਹੈ ਇੱਕ ਪੇਪਰ ਵਿੱਚ ਇੱਕ ਮੁਹਾਵਰਾ ਇੱਕ ਅਖੋਤ ਮੋਸਟਲੀ ਪੁੱਛੀ ਹੀ ਜਾਂਦੀ ਹੈ ਠੀਕ ਹੈ ਤਾਂ ਅੱਜ ਆਪਣੇ ਕੋਲ ਜਿਹੜਾ ਪਹਿਲਾ ਪ੍ਰਸ਼ਨ ਹੈ ਉਹ ਹੈ ਸ਼ੁੱਧ ਮੁਹਾਵਰਾ ਜੁਨੂ ਹੁਣ ਦੱਸੋ ਇਸ ਦਾ ਕਿਹ ਸਹੀ ਉੱਤਰ ਹੋਏਗਾ ਏ অপਸ਼ਨ ਹੈ ਆਪਣੇ ਕੋਲ ਅੱਖਾ ਖੋਲ ਛੜਨੀਆਂ ਬੀ ਅੱਖਾਂ ਮੀਟਨੀਆਂ ਸੀ ਅੱਖਾ ਘੁਮਾ ਛੜਨੀਆਂ ਜਾਂ ਡੀ ਅੱਖਾਂ ਫੇਰ ਛੜਨੀਆਂ ਦੋਸਤੋ ਹੁਣ ਇਸ ਦਾ ਸਹੀ ਉੱਤਰ ਕੀ ਹੈ ਅੱਖਾ ਖੋਲ ਛੜਨੀਆਂ ਜਾਂ ਬੀ ਅੱਖਾਂ ਮੀਟਨੀਆਂ ਸੀ ਅੱਖਾ ਘੁਮਾ ਛੜਨੀਆਂ ਜਾਂ ਡੀ ਅੱਖਾਂ ਡੀ ਅੱਖਾਂ ਫੇਰ ਛੜਨੀਆਂ ਦੱਸੋ ਕੀ ਹੈ ਇਸ ਦਾ ਸਹੀ ਉੱਤਰ ਜਲਦੀ ਜਲਦੀ ਉੱਤਰ ਦੋ ਇਸ ਦਾ ਏ ਅੱਖਾਂ ਖੋਲ ਛੜਨੀਆਂ ਬੀ ਅੱਖਾਂ ਮੀਟਨੀਆਂ ਸੀ ਅੱਖਾਂ ਘੁਮਾ ਛੜਨੀਆਂ ਜਾਂ ਡੀ ਅੱਖਾਂ ਫੇਰ ਛੜਨੀਆਂ ਕੀ ਹੈ ਇਸ ਦਾ ਸਹੀ ਉੱਤਰ ਦੱਸੋ ਇਸ ਦਾ ਸਹੀ ਉੱਤਰ ਹੈ ਬੀ ਅੱਖਾਂ ਮੀਟਨੀਆਂ ਵੈਰੀ ਵੈਰੀ ਇੰਪੋਰਟੈਂਟ ਇਸ ਦਾ ਸਹੀ ਉੱਤਰ ਹੈ ਬੀ ਅੱਖਾਂ ਮੀਟਨੀਆਂ ਠੀਕ ਹੈ ਅਗਲਾ ਕੁਸ਼ਣ ਹੈ ਆਪਣੇ ਕੋਲ ਗੁਜ਼ਾਰਾ ਕਰਨ ਲਈ ਕਿਸੇ ਤੋਂ ਪੈਸੇ ਮੰਗੇ ਜਾਂਦਾ ਕਿਹੜਾ ਮੁਹਾਵਰਾ ਵਰਤਿਆ ਜਾਂਦਾ ਹੈ ਗੁਜ਼ਾਰਾ ਕਰਨ ਲਈ ਜਿਵੇਂ ਕਿ ਤੁਹਾਨੂੰ ਕਿਹਾ ਕਿ ਪ੍ਰਸ਼ਨ ਨੂੰ ਕੁਸ਼ਣ ਨੂੰ ਜੋ ਕਿ ਤੁਹਾਡੇ ਸਾਹਮਣੇ ਹੁੰਦਾ ਉਹਨੂੰ ਪਲੀਜ਼ ਇੱਕ ਦੋ ਵਾਰ ਚੰਗੀ ਤਰ੍ਹਾਂ ਪੜੋ ਕਿਉਂਕਿ ਕਈ ਵਾਰ ਆਪਕ ਕੁਸ਼ਣ ਸਮਝ ਕੁਝ ਹੋਰ ਲੈਣੀਆਂ ਕਵੈਸਚਨ ਵਿੱਚ ਕੁਝ ਹੋਰ ਪੁੱਛਿਆ ਜਾਂਦਾ ਤਾਂ ਇਸ ਕਰਕੇ ਪਲੀਜ਼ ਕਵੈਸਚਨ ਨੂੰ ਇੱਕ ਦੋ ਵਾਰ ਚੰਗੀ ਤਰ੍ਹਾਂ ਪੜੋ ਤਾਂਕਿ ਤੁਹਾਡੇ ਵਿੱਚ ਕੋਈ ਕਨਫਿਊਜ਼ਨ ਨਾ ਰਹਿ ਜਾਏ ਕਿਉਂਕਿ ਕਈ ਵਾਰ ਆਪਣੇ ਕੋਲ ਪੁੱਛਿਆ ਕੁਝ ਹੋਰ ਹੁੰਦਾ ਤੇ ਆਪਾਂ ਆਨਸਰ ਕੋਈ ਹੋਰ ਦੇ ਆਣੇ ਆਪਾਂ ਨੂੰ ਅੰਧਾ ਹੁੰਦਾ ਪਰ ਆਪਾਂ ਨੂੰ ਸਮਝ ਹੀ ਕੁਝ ਹੋਰ ਸਮਝ ਕੇ ਆਪਾਂ ਆਨਸਰ ਦੇ ਆਣੇ ਆ ਠੀਕ ਹੈ ਤਾਂ ਹੁਣ ਆਪਣੇ ਕੋਲ ਕੀ ਪ੍ਰਸ਼ਨ ਹੈ ਅਗਲਾ ਗੁਜ਼ਾਰਾ ਕਰਨ ਲਈ ਕਿਸੇ ਤੋਂ ਪੈਸੇ ਮੰਗੇ ਜਾਣ ਤਾਂ ਕਿਹੜਾ ਮੁਹਾਵਰਾ ਵਰਤਿਆ ਜਾਂਦਾ ਹੈ ਇਹ ਹੈ ਆਪਣੇ ਕੋਲ ਹੱਥ ਬੰਨਨੇ बी हाथ जोड़ने सी होला करना या डी हथ अडने जल्दी दसो दो इस सही उत्तर की है ए हथ बनने, बी हथ जोड़ने सी होला करना या डी हथ अडने बहुत सोख है बहुत ज़्यादा इंपोर्टेंट भी है तो ਠੀਕ ਹੈ ਇਸ ਤਰ੍ਹਾਂ ਦੇ ਕੁਐਸਚਨ ਜ਼ਰੂਰ ਐਗਜ਼ਾਮ ਵਿੱਚ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਪੁੱਛਿਆ ਜਾਂਦਾ ਹੈ ਇਹ ਵੀ ਹੋਣ ਇੱਕ ਆਪਣੇ ਕੋਲ ਕੀ ਆ ਗਿਆ ਮੁਹਾਵਰਾ ਤੁਹਾਨੂੰ ਅੱਗੇ ਵੀ ਮੈਂ ਕਿਹਾ ਮੁਹਾਵਰੇ ਉਹ ਖੋਤਾ ਬਹੁਤ ਜ਼ਿਆਦਾ ਇੰਪੋਰਟੈਂਟ ਹਨ ਕੀ ਹੈ ਇਸ ਦਾ ਸਹੀ ਉੱਤਰ ਜਲਦੀ ਦੱਸੋ ਏ ਹੱਥ ਬੰਨਨੇ ਬੀ ਹੱਥ ਜੋੜਨੇ ਸੀ ਹੱਥ ਖੋਲਾ ਕਰਨਾ ਜਾਂ ਡੀ ਹੱਥ ਅੜਨੇ ਕੀ ਹੈ ਇਸ ਦਾ ਸਹੀ ਉੱਤਰ ਡੀ ਹੱਥ ਅੜਨੇ ਗੁਜ਼ਾਰਾ ਕਰਨ ਲਈ ਕਿਸੇ ਤੋਂ ਪੈਸੇ ਮੰਗੇ ਜਾਣ ਤਾਂ ਕੀ ਕਿਹਾ ਜਾਂਦਾ ਹੈ ਕਿਸੇ ਦੇ ਅੱਗੇ ਹੱਥ ਅੜਨੇ ਠੀਕ ਹੈ ਹੁਣ ਅਗਲਾ ਕੁਐਸਚਨ ਹੈ ਆਪਣੇ ਕੋਲ ਉਹ ਘਰ ਗਿਆ ਤੇ ਉਸਨੇ ਰੋਟੀ ਖਾਧੀ ਵੈਰੀ ਵੈਰੀ ਇੰਪੋਰਟੈਂਟ ਕਿਸ ਕਿਸਮ ਦਾ ਵਾਕ ਹੈ ਮੈਂ ਤੁਹਾਨੂੰ ਅੱਗੇ ਵੀ ਕਿਹਾ ਹੈ ਕਿ ਇਸ ਤਰ੍ਹਾਂ ਦਾ ਕੁਐਸਚਨ ਜ਼ਰੂਰ ਐਗਜ਼ਾਮ ਵਿੱਚ ਪੁੱਛਿਆ ਜਾਂਦਾ ਹੈ ਠੀਕ ਹੈ ਇਸ ਦਾ ਮੈਂ ਤੁਹਾਨੂੰ ਦੱਸਿਆ ਹੋਇਆ ਹੈ ਕਿ ਇਹ ਕਿਸ ਤਰ੍ਹਾਂ ਆਪਣੇ ਨੂੰ ਲੱਭ ਸਕਦੇ ਹਾਂ ਕਿਸ ਤਰ੍ਹਾਂ ਦਾ ਵਾਕ ਹੈ ਆਪਣੇ ਕੋਲ অপਸ਼ਨ ਹੈ ਏ ਸਾਧਾਰਨ ਬੀ ਮਿਸ਼ਰਿਤ ਸੀ ਸੰਯੁਕਤ ਯਾ ਡੀ ਵਿਸਮਿਕ ਕੀ ਹੈ ਇਸ ਦਾ ਸਹੀ ਉੱਤਰ ਉਹ ਘਰ ਗਿਆ ਤੇ ਉਸ ਨੇ ਰੋਟੀ ਖਾਧੀ ਇਸ ਦਾ ਸਹੀ ਉੱਤਰ ਦੱਸੋ ਕੀ ਹੈ ਸਧਾਰਨ B ਮਿਸ਼ਰਿਤ C ਸੰਯੁਕਤ ਯਾ ਡੀ ਵਿਸਮਿਕ ਕੀ ਹੈ ਇਸ ਦਾ ਸਹੀ ਉੱਤਰ ਦੱਸੋ ਜਲਦੀ ਕੀ ਹੈ ਇਸ ਦਾ ਸਹੀ ਉੱਤਰ ਬਹੁਤ ਸੋਖਿਆ ਤੁਹਾਨੂੰ ਇਹ ਮੈਂ ਸਮਝਾਇਆ ਵੀ ਹੋਇਆ ਡਾਇਰੈਕਟ ਕੁਐਸਚਨ ਇਸ ਤਰ੍ਹਾਂ ਨਹੀਂ ਪੁੱਛਿਆ ਗਿਆ ਸੀ ਪਰ ਮੈਂ ਤੁਹਾਨੂੰ ਉਦਾਹਰਨ ਦੇ ਕੇ ਸਮਝਾਇਆ ਸੀ ਪ੍ਰੀਵੀਅਸ ਈਅਰ ਕੁਐਸਚਨਸ ਵਿੱਚ ਹੀ ਸਮਝਾਇਆ ਹੋਇਆ ਹੈ ਜਲਦੀ ਦੱਸੋ ਇਸ ਦਾ ਸਹੀ ਉੱਤਰ ਕੀ ਹੈ ਇਸ ਦਾ ਸਹੀ ਉੱਤਰ ਹੈ ਬੀ ਮਿਸ਼ਰਤ ਵੈਰੀ ਵੈਰੀ ਇੰਪੋਰਟੈਂਟ ਹੈ ਤੁਹਾਨੂੰ ਮੈਂ ਦੱਸਿਆ ਕਿ ਸੰਯੁਕਤ ਤੇ ਮਿਸ਼ਰਤ ਇਸ ਤਰ੍ਹਾਂ ਦੇ ਵਾਕ ਜ਼ਰੂਰ ਤੁਹਾਡੇ ਕੋਲ ਪੁੱਛੇ ਜਾਂਦੇ ਹਨ ਠੀਕ ਹੈ ਹੁਣ ਮੈਂ ਜਿਵੇਂ ਕਿ ਤੁਹਾਨੂੰ ਦੱਸਿਆ ਸੀ ਦੁਬਾਰਾ ਦੱਸ ਰਹੀ ਹਾਂ ਅਗਰ ਫਿਰ ਵੀ ਲੱਗਿਆ ਹੁੰਦਾ ਹੈ ਕਿਸੇ ਵਾਕ ਦੇ ਵਿੱਚ ਫਿਰ ਵੀ ਲੱਗਿਆ ਹੁੰਦਾ ਹੈ ਕਿਸੇ ਵਾਕ ਦੇ ਵਿੱਚ ਉਦੋਂ ਆਪਣਾ ਆਨਸਰ ਕੀ ਹੋ ਜਾਂਦਾ ਹੈ ਸੰਯੁਕਤ ਠੀਕ ਕੀ ਹੋ ਜਾਂਦਾ ਆਪਣਾ ਜੇ ਕਿਸੇ ਜਿਹੜਾ ਆਪਾਂ ਨੂੰ ਉਹਨਾਂ ਨੇ ਇੱਕ ਵਾਕ ਦਿੱਤਾ ਹੁੰਦਾ ਹੈ ਠੀਕ ਹੈ ਉਦਾਹਰਨ ਦਿੱਤੀ ਹੁੰਦੀ ਹੈ ਉਸ ਵਿੱਚ ਅਗਰ ਫਿਰ ਵੀ ਲੱਗਿਆ ਹੋਵੇ ਤਾਂ ਉਸ ਦਾ ਆਨਸਰ ਕੀ ਹੈ ਉੱਤਰ ਕੀ ਹੈ ਸੰਯੁਕਤ ਹੈ ਪਰ ਜੇ ਅਗਰ ਵਾਕ ਦੇ ਵਿੱਚ ਤੇ ਜਾਂ ਅਤੇ ਠੀਕ ਹੈ ਇਹ ਲੱਗਿਆ ਹੁੰਦਾ ਹੈ ਤਾਂ ਆਪਣਾ ਆਨਸਰ ਕੀ ਬਣ ਜਾਂਦਾ ਹੈ ਤਾਂ ਆਪਣਾ ਆਨਸਰ ਬਣ ਜਾਂਦਾ ਹੈ ਮਿਸ਼ਰਤ ਇਹ ਤੁਹਾਨੂੰ ਅੱਗੇ ਵੀ ਮੈਂ ਦੱਸਿਆ ਉਸ ਅਗਰ ਸਿੱਧਾ ਵਾਕ ਹੁੰਦਾ ਉਹ ਘਰ ਗਿਆ ਤਾਂ ਕੀ ਬਣ ਜਾਂਦਾ ਸੀ ਸਿੱਧਾ ਸਧਾਰਨ ਵਾਕ ਠੀਕ ਹੈ ਕਲੀਅਰ ਹੋ ਗਿਆ ਕਿਸ ਤਰ੍ਹਾਂ ਨਾਲ ਕੁਐਸਚਨ ਤੁਹਾਡੇ ਪੁੱਛੇ ਤੁਹਾਡੇ ਤੋਂ ਪੁੱਛੇ ਜਾਂਦੇ ਹਨ ਉਸਨੇ ਰੋਟੀ ਖਾਧੀ ਜੇ ਕੱਲਾ ਪੁੱਛਿਆ ਜਾਂਦਾ ਤਾਂ ਵੀ ਕੀ ਬਣ ਜਾਣਾ ਸੀ ਸਧਾਰਨ ਤੇ ਵਿਸਮਿਕ ਵਿੱਚ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਡੰਡੀ ਲਾ ਕੇ نیچے ਬਿੰਦੀ ਇਹ ਆਪਣਾ ਵਿਸਮਿਕ ਦਾ ਨਿਸ਼ਾਨ ਹੁੰਦਾ ਹੈ ਜੇ ਇਹ ਨਿਸ਼ਾਨ ਹੋਏਗਾ ਤਾਂ ਆਪਣੇ ਕੋਲ ਕਿਹੜਾ ਬਣੇਗਾ ਵਿਸਮਿਕ ਕਿਹੜਾ ਕਿਸਮ ਦਾ ਵਾਕ ਬਣੇਗਾ ਵਿਸਮਿਕ ਠੀਕ ਹੈ ਸਮਝ ਆ ਗਿਆ ਆਈ ਹੋਪ ਤੁਹਾਨੂੰ ਸਮਝ ਆ ਰਿਹਾ ਹੋਵੇਗਾ ਸੰਯੁਕਤ ਤੇ ਮਿਸ਼ਰਤ ਵਿੱਚ ਜ਼ਿਆਦਾ ਪੁੱਛਿਆ ਜਾਂਦਾ ਕਿਉਂਕਿ ਇਹਦੇ ਵਿੱਚ ਸਟੂਡੈਂਟਸ ਕਨਫਿਊਜ਼ ਹੋ ਜਾਂਦੇ ਆ ਕਿ ਇਹ ਫਿਰ ਵੀ ਜਾਂ ਤੇ ਤੇ ਵਿਚਾਲੇ ਹੋਣਾ ਹੈ ਇਹਨਾਂ ਦਾ ਪਤਾ ਲੱਗ ਜਾਂਦਾ ਹੈ ਕਿ ਮਿਸ਼ਰੀਤ ਹੈ ਜਾਂ ਸੰਯੁਕਤ ਹੈ ਪਰ ਅੱਜ ਤੋਂ ਬਾਅਦ ਮੇਰੀ ਵੀਡੀਓਜ਼ ਦੇਖ ਕੇ ਤੁਹਾਨੂੰ ਕਲੀਅਰ ਹੋ ਗਿਆ ਹੋਏਗਾ ਕਿ ਕੀ ਇਹਨਾਂ ਦੇ ਵਿੱਚ ਅੰਤਰ ਹੈ ਤੇ ਇਗਜ਼ਾਮ ਦੇ ਵਿੱਚ ਕੀ ਪੁੱਛਿਆ ਜਾਂਦਾ ਹੈ ਤੇ ਇਸ ਦਾ ਸਹੀ ਉੱਤਰ ਕੀ ਹੈ ਠੀਕ ਹੈ ਹੁਣ ਅੱਗੇ ਹੈ ਆਪਣੇ ਕੋਲ ਸੰਯੁਕਤ ਸ਼ਬਦ ਜੋੜ ਚੁਨੋ ਦੱਸੋ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਤੇ ਬਹੁਤ ਜ਼ਿਆਦਾ ਕਨਫਿਊਜ਼ਨ ਹੈ ਇਸ ਕੁਐਸਚਨ ਵਿੱਚ ਧੰਗ ਨਾਲ ਪੜਨਾ ਹੈ ਸਮਝਣਾ ਕਿ ਕੀ ਅੰਤਰ ਹੈ ਇਹ ਦੋ ਪਹਿ ਬੀ ਦੁਪਹਿਰ ਬੋਲਣ ਵਿੱਚ ਆਪਾਂ ਦੁਪਹਿਰ ਵੀ ਬੋਲ ਦਿੰਨੇ ਆ ਨਾ ਤਾਂ ਇਸ ਤਰ੍ਹਾਂ ਉਹਨਾਂ ਨੇ ਇਹ ਵੀ ਲਿਖ ਦਿੱਤਾ ਸੀ ਦੁਪਹਿਰ ਦੁਪਹਿਰ ਸੀ ਕੀ ਆਪਣੇ ਕੋਲ ਦੁਪਹਿਰ ਤੇ ਡੀ ਦੁਪਹਿਰ ਹੁਮ ਦੱਸੋ ਬੋਲਣ ਵਿੱਚ ਕਿਹੜਾ ਆਪਾਂ ਬੋਲਣ ਵਿੱਚ ਨਹੀਂ ਲਿਖਣ ਵਿੱਚ ਆਪਾਂ ਕਿਹੜਾ ਸਹੀ ਹੈ ਉੱਤਰ ਆਪਣੇ ਵਾਸਤੇ ਜਲਦੀ ਜਲਦੀ ਦੱਸੋ ਇਸ ਦਾ ਸਹੀ ਉੱਤਰ ਕੀ ਹੈ ਦੋ ਪਹਿਰ ਦੁਪਹਿਰ ਦੁਪਹਿਰ ਜਾਂ ਦੂਪ ਹਰ ਦੁਪਹਿਰ ਠੀਕ ਹੈ ਦੱਸੋ ਕੀ ਹੈ ਇਸ ਦਾ ਸਹੀ ਉੱਤਰ ਜਲਦੀ ਜਲਦੀ ਦੱਸੋ ਕੀ ਹੈ ਇਸ ਦਾ ਸਹੀ ਉੱਤਰ ਹੈ ਦੁਪਹਿਰ ਮੈਂ ਇਸ ਨੂੰ ਇਸ ਤਰ੍ਹਾਂ ਨਾਲ ਯਾਦ ਕੀਤਾ ਹੋਇਆ ਹੈ ਕਿ ਬੋਲਣ ਵਿੱਚ ਆਪਾਂ ਨੂੰ ਕੀ ਬੋਲਾਂਗੇ ਦੁਪਹਿਰ ਠੀਕ ਹੈ ਦੁਪਹਿਰ ਦੁਪਹਿਰ ਵੀ ਸਾਪਾਂ ਇਹ ਵਾਲਾ ਦੁਪਹਿਰ ਵੀ ਬੋਲ ਸਕਦੇ ਆ ਦੋ ਪਹਿਰ ਬੋਲਣ ਨਹੀਂ ਸੇ ਵੀ ਸਹੀ ਹੈ ਠੀਕ ਹੈ ਇਹ ਦੁਪਹਿਰ ਦੁਪਹਿਰ ਇਹ ਵੀ ਸਹੀ ਹੈ ਤਾਂ ਇਸ ਪਰ ਇਸ ਦਾ ਸਹੀ ਉੱਤਰ ਕੀ ਹੈ ਹਾਹੇ ਤੋਂ ਪਹਿਲਾ ਸਿਆਰੀ ਆਉਂਦੀ ਹੈ ਜਿਵੇਂ ਮਰਜੀ ਤੁਸੀਂ ਇਸ ਚੀਜ਼ ਨੂੰ ਯਾਦ ਕਰਕੇ ਰੱਖ ਲਓ ਕਨਫਿਊਜ਼ ਨਾ ਹੋਇਆ ਜੇ ਇਸ ਦਾ ਸਹੀ ਉੱਤਰ ਹੈ ਦੁਪਹਿਰ ਚਾਹੇ ਇਸ ਨੂੰ ਇਸ ਤਰ੍ਹਾਂ ਯਾਦ ਕਰ ਲਓ ਚਾਹੇ ਇਸ ਨੂੰ ਹਾਹੇ ਤੋਂ ਪਹਿਲਾ ਸਿਆਰੀ ਹੁੰਦੀ ਹੈ ਇਸ ਤਰੀਕੇ ਨਾਲ ਯਾਦ ਕਰ ਲਓ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਕਿਉਂਕਿ ਇਹ ਕੁਐਸਚਨ ਕਾਫੀ ਐਗਜ਼ਾਮ ਵਿੱਚ ਪੁੱਛਿਆ ਗਿਆ ਹੈ ਤੇ ਕਿਉਂਕਿ ਇਹ ਕਨਫਿਊਜ਼ਨ ਕ੍ਰੀਏਟ ਕਰਦਾ ਆ অপਸ਼ਨ ਹਮੇਸ਼ਾ ਇਹੀ ਤੁਹਾਡੇ ਕੋਲ ਹੁੰਦੇ ਆ ਤਾਂ ਪਲੀਜ਼ ਇਸ অপਸ਼ਨ ਨੂੰ ਚੰਗੀ ਤਰ੍ਹਾਂ ਰੱਟ ਲਓ ਯਾਦ ਕਰ ਲਓ ਦੁਪਹਿਰ ਕਿਹੜਾ ਸਹੀ ਹੈ ਆਪਣੇ ਲਈ ਹੁਣ ਅਗਲਾ ਕੁਐਸਚਨ ਹੈ ਆਪਣੇ ਕੋਲ ਨਵੀਨ ਸ਼ਬਦ ਦਾ ਵਿਰੋਧੀ ਚੁਣੋ ਨਵੀਨ ਨਵੀਨ ਸ਼ਬਦ ਦਾ ਵਿਰੋਧੀ ਚੁਣੋ ਕਿਹੜਾ ਹੈ ਇਹ ਨਵਾਂ ਬੀ ਚਮਕਦਾਰ ਸੀ ਪੁਰਾਤਨ ਜਾਂ ਡੀ ਵਧੀਆ ਕਿਹੜਾ ਹੈ ਆਪਣੇ ਕੋਲ ਸਹੀ ਨਵਾਂ ਚਮਕਦਾਰ ਸੀ ਪੁਰਾਤਨ ਜਾਂ ਡੀ ਵਧੀਆ ਕਿਹੜਾ ਹੈ ਆਪਣੇ ਕੋਲ ਸਹੀ ਵਿਰੋਧੀ ਸ਼ਬਦ ਨਵੀਂ ਦਾ ਇਹ ਕੁਐਸਚਨ ਵੀ ਰਿਪੀਟਿਡ ਹੈ ਪਹਿਲਾਂ ਆਪਾਂ ਕੀਤਾ ਹੋਇਆ ਹੈ ਦੱਸੋ ਜਲਦੀ ਕੀ ਹੈ ਇਸ ਦਾ ਸਹੀ ਉੱਤਰ ਸੀ ਪੁਰਾਤਨ ਕੀ ਹੈ ਇਸ ਦਾ ਸਹੀ ਉੱਤਰ ਸੀ ਪੁਰਾਤਨ ਠੀਕ ਹੈ ਨਵੀਂ ਦਾ ਵਿਰੋਧੀ ਕੀ ਹੋ ਸਕਦਾ ਪੁਰਾਤਨ ਅਗਲਾ ਕੁਐਸਚਨ ਹੈ ਆਪਣੇ ਕੋਲ ਕਿਹੜਾ ਸ਼ਬਦ ਮੁਸ਼ਕਲ ਦਾ ਸਮਨਾਰਥੀ ਨਹੀਂ ਹੈ ਮੁਸ਼ਕਲ ਸ਼ਬਦ ਦਾ ਸਮਨਾਰਥੀ ਨਹੀਂ ਹੈ ਹੁਣ ਇਸ ਉਹਨਾਂ ਨੇ ਵਿਰੋਧੀ ਨਹੀਂ ਕਿਹਾ ਜਿਵੇਂ ਉੱਪਰ ਵਾਲੇ ਵਿੱਚ ਉਹਨਾਂ ਨੇ ਕੀ ਕਿਹਾ ਸੀ ਵਿਰੋਧੀ ਹੁਣ ਸਮਨਾਰਥੀ ਨਹੀਂ ਹੈ ਤਾਂ ਮਤਲਬ ਤਾਂ ਇਸ ਦਾ ਵਿਰੋਧੀ ਹੀ ਹੋ ਗਿਆ ਬਟ ਉਹਨਾਂ ਨੇ ਕੁਐਸਚਨ ਵਿੱਚ ਕਨਫਿਊਜ਼ਨ ਕ੍ਰੀਏਟ ਕਰਨ ਵਾਸਤੇ ਲਿਖਿਆ ਹੈ ਕਿ ਸਮਨਾਰਥੀ ਨਹੀਂ ਹੈ ਕਈ ਬੱਚੇ ਸਮਨਾਰਥੀ ਤੱਕ ਪੜ੍ਹ ਕੇ ਸਿੱਧਾ ਉਹਦਾ ਸਮਨਾਰਥੀ ਕਠਿਨਾਈ ਚਲੋ ਜੀ ਇਹ ਠੀਕ ਹੋ ਗਿਆ ਐ ਨਹੀਂ ਕਰਨਾ ਪੂਰੇ ਕੁਸ਼ਨ ਨੂੰ ਇੱਕ ਨਹੀਂ ਦੋ ਵਾਰ ਪੜਨਾ ਕਿਉਂਕਿ ਕਈ ਵਾਰ ਕਈ ਚੀਜ਼ ਆਪਣੇ ਦਿਮਾਗ ਵਿੱਚ ਕੁਝ ਹੋਰ ਚੱਲ ਰਿਹਾ ਹੁੰਦਾ ਐ ਇਗਜ਼ਾਮ ਟਾਈਮ ਖਾਸ ਹੌਰਤੇ ਤਾਂ ਪਲੀਜ਼ ਆਰਾਮ ਨਾਲ ਕੁਸ਼ਨ ਨੂੰ ਪੜਨਾ ਹੈ ਕਿਥੇ ਪੰਜਾਬੀ ਦੇ ਕੁਸ਼ਨ ਫ੍ਰੀ ਦੇ ਨੰਬਰ ਹੁੰਦੇ ਹਨ ਕਿਥੇ ਤੁਸੀਂ ਸਿਰਫ ਕੁਸ਼ਨ ਨੂੰ ਉਲਟ ਪੜਨ ਜਾਂ ਉਲਟ ਸਮਝਣ ਨਾਲ ਹੀ ਗਲਤਨਾ ਕਰਿਆ ਜਾਏ ਹੁਣ ਆਪਣਾ ਕੀ ਆਪਣੇ ਕੋਲ A ਕਠਿਨਾਈ B ਵਿਪਤਾ C ਓਕ या डी सोख की है आपका समनार्थी नहीं है मतलब आपको इसका मुश्किल का विरोधी शब्द लगना है मुश्किल का कठिनाई की है समनार्थी शब्द मुश्किल का बिपता भी की है समनार्थी मुश्किल का ओख भी की है समनार्थी तो डी की है सोख की है इसका समनार्थी नहीं है ठीक है समनार्थी के ਸੋਖ ਨਹੀਂ ਹੈ ਵੈਰੀ ਵੈਰੀ ਇੰਪੋਰਟੈਂਟ ਹੈ ਇਹ ਕੁਐਸਚਨ ਵੀ ਪਹਿਲਾਂ ਪੁੱਛਿਆ ਗਿਆ ਹੈ ਪਿਛਲੇ ਵਾਲੇ ਵੀ ਆਪਾਂ ਜਿਹੜੀਆਂ ਵੀਡੀਓਜ਼ ਕੀਤੀਆਂ ਹਨ ਤਾਂ ਉਹਨਾਂ ਵਿੱਚ ਵੀ ਇਹ ਕੁਐਸਚਨ ਪੁੱਛਿਆ ਗਿਆ ਹੈ ਆਈ ਹੋਪ ਤੁਹਾਨੂੰ ਵੀਡੀਓ ਚੰਗੀ ਲੱਗ ਰਹੀ ਹੋਏਗੀ ਅਗਰ ਚੰਗੀ ਲੱਗ ਰਹੀ ਹੈ ਬੈਨੀਫੀਸ਼ੀਅਲ ਲੱਗ ਰਹੀ ਹੈ ਤਾਂ ਵੀਡੀਓ ਨੂੰ ਪਲੀਜ਼ ਲਾਈਕ ਜ਼ਰੂਰ ਕਰ ਦੇਣਾ ਤੇ ਜਿਆਦਾ ਤੋਂ ਜਿਆਦਾ ਸ਼ੇਅਰ ਕਰ ਦੇਣਾ ਤਾਂ ਕਿ ਜੋ ਬੱਚੇ ਜੋ ਸਟੂਡੈਂਟਸ ਕੰਪੀਟੀਟਿਵ ਐਗਜ਼ਾਮ ਦੀ ਤਿਆਰੀ ਕਰ ਰਹੇ ਹਨ ਉਹਨਾਂ ਤੱਕ ਇਹ ਵੀਡੀਓ ਜ਼ਰੂਰ ਪਹੁੰਚ ਸਕੇ ਅਗਲਾ ਕੁਐਸਚਨ ਹੈ ਆਪਣੇ ਕੋਲ ਭੇਡਾਂ ਦੀ ਚਾਲ ਭੇਡਾਂ ਦੀ ਚਾਲ ਤੋਂ ਕਿਹੜਾ ਸਮਾਸੀ ਸ਼ਬਦ ਬਣੇਗਾ ਵੈਰੀ ਵੈਰੀ ਇੰਪੋਰਟੈਂਟ ਏ ਕੁਐਸਚਨ ਦਾ ਵੀ ਮੈਂ ਤੁਹਾਨੂੰ ਟਰਿਕ ਦੱਸੀ ਹੋਈ ਹੈ ਕਿ ਸਮਾਸੀ ਸ਼ਬਦ ਕਿਵੇਂ ਆਪਾਂ ਛੋਟੀ ਜੀ ਹਿੰਟ ਨਾਲ ਹੀ ਪਤਾ ਲੱਗ ਸਕਦਾ ਹੈ ਕਿ ਕਿਹੜਾ ਆਪਣੇ ਕੋਲ ਸਮਾਸੀ ਹੈ ਜਾਂ ਨਹੀਂ ਹੈ ਬਹੁਤ ਜ਼ਿਆਦਾ ਸੌਖਾ ਹੈ ਇਹ ਆਪਣੇ ਕੋਲ ਕੀ ਹੈ ਏ ਭੇਡ ਚਾਲੂ ਬੀ ਹੈ ਭੇਡਾਂ ਮਰਗੀ ਚਾਲ ਸੀ ਹੈ ਭੇਡ ਚਾਲੀ ਜਾਂ ਡੀ ਭੇਡ ਚਾਲ ਵੈਰੀ ਵੈਰੀ ਇੰਪੋਰਟੈਂਟ ਇਹ ਕੁਐਸਚਨ ਵੀ ਰਿਪੀਟਿਡ ਹੈ ਕਿਹੜਾ ਕੁਐਸਚਨ ਇਸ ਦਾ ਸਹੀ ਉੱਤਰ ਕੀ ਹੈ ਆਪਣੇ ਕੋਲ ਦੱਸੋ ਜਲਦੀ ਕੀ ਹੈ ਇਸ ਦਾ ਸਹੀ ਉੱਤਰ ਭੇਡ ਚਾਲੂ ਬੀ ਭੇਡ ਵਰਗੀ ਚਾ ਭੇਡਾਂ ਵਰਗੀ ਚਾ ਸੀ ਭੇਡ ਚਾਲਲੀ ਜਾਂ ਡੀ ਭੇਡ ਚਾਲ ਕਿਹੜਾ ਹੈ ਸਹੀ ਉੱਤਰ ਇਸ ਦਾ ਡੀ ਭੇਡ ਚਾਲ ਵੈਰੀ ਵੈਰੀ ਇੰਪੋਰਟੈਂਟ ਡੀ ਹੈ ਇਸ ਦਾ ਭੇਡ ਚਾਲ ਹੁਣ ਅੱਗੇ ਆਪਾਂ ਕਰਦੇ ਹਾਂ ਗੁਣਵਾਚਕ ਵਿਸ਼ੇਸ਼ਣ ਕੀ ਹੈ ਗੁਣਵਾਚਕ ਵਿਸ਼ੇਸ਼ਣ ਜਿਵੇਂ ਕਿ ਮੈਂ ਤੁਹਾਨੂੰ ਸਟਾਰਟਿੰਗ ਵਿੱਚ ਹੀ ਵੀਡੀਓ ਤੇ ਦੱਸਿਆ ਸੀਗਾ ਕਿ ਆਪਣੇ ਕੋਲ ਵਿਸ਼ੇਸ਼ਣ ਕਿਰਿਆ ਕਿਰਿਆ ਵਿਸ਼ੇਸ਼ਣ ਪਰ ਨਾਮ ਨਾਮ ਇਸ ਦੀਆਂ ਉਦਾਹਰਣਾਂ ਵੀ ਪੁੱਛ ਸਕਦੇ ਹਨ ਇਸ ਦੀਆਂ ਪ੍ਰਕਾਰ ਵੀ ਪੁੱਛ ਸਕਦੇ ਹਨ ਤਾਂ ਹੁਣ ਇਹਨਾਂ ਨੇ ਆਪਣੇ ਤੋਂ ਪੁੱਛਿਆ ਵੀ ਇਹਨਾਂ ਵਿੱਚੋਂ ਗੁਣਵਾਚਕ ਵਿਸ਼ੇਸ਼ਣ ਚੁਣੋ ਠੀਕ ਹੈ ਕੀ ਹੈ ਆਪਣੇ ਕੋਲ ਇਸ ਦਾ অপਸ਼ਨ ਪਹਿਲਾ ਹੈ ਸੁੰਦਰ b ਪੈਨ c ਕੁਰਸੀ ਤੇ d ਪੰਜ ਹੁਣ ਤੁਸੀਂ ਦੱਸੋ ਪਹਿਲਾ ਗੁਣਵਾਚਕ ਵਿਸ਼ੇਸ਼ਣ ਹੁੰਦੇ ਕਿਹੜੇ ਹਨ ਇਸ ਦਾ ਉੱਤਰ ਦੱਸੋ ਜਲਦੀ ਗੁਣਵਾਚਕ ਵਿਸ਼ੇਸ਼ਣ ਕਿਹੜੇ ਹੁੰਦੇ ਹਨ ਜਿਹੜੇ ਕਿਸੇ ਗੁਣ ਦੀ ਵਿਸ਼ੇਸ਼ਤਾ ਦਰਸਾਉਂਦੇ ਹਨ ਕਿਸੇ ਚੀਜ਼ੇ ਚ ਗੁਣ ਦੀ ਵਿਸ਼ੇਸ਼ਤਾ ਦਰਸਾਉਂਦੇ ਹਨ ਇਸ ਦਾ ਅਰਥ ਇਹ ਹੁੰਦਾ ਹੈ ਨਾ ਗੁਣਵਾਚਕ ਵਿਸ਼ੇਸ਼ਣ ਠੀਕ ਹੈ ਹੁਣ ਇਹਦੇ ਵਿੱਚ ਗੁਣਾਂ ਦੇ ਬਾਰੇ ਕਿੱਤਰ ਗੱਲ ਆ ਕਿਸ ਆਪਸ਼ਨ ਵਿੱਚ ਗੱਲ ਹੋ ਰਹੀ ਹੈ A ਸੁੰਦਰ B ਪੈਨ C ਕੁਰਸੀ ਜਾਂ D ਪੰਜ ਕਿੱਥੇ ਗੁਣ ਦੀ ਚਰਚਾ ਹੋ ਰਹੀ ਹੈ ਗੁਣ ਕਿਹੜਾ ਹੈ ਪੈਨ ਗੁਣ ਹੈ ਕੋਈ ਨਹੀਂ ਪੈਨ ਗੁਣ ਹੈ ਕੋਈ ਨਹੀਂ सी कुर्सी ए भी गुण नहीं है कुर्सी तो नाम है पेनवी नाम है ये गुणवाचक थोड़ा पं पं भी नहीं हो सकता ठीक है यह संख्यावाचक है तो हूँ की है अपने को गुणवाचक विशेषण ए सुंदर ठीक है वेरी वेरी इंपोर्टेंट वेरी वेरी इंपोर्टेंट हम अगला है अपने कोल वेरी वेरी इंपोर्टेंट यहाँ क्वेश्चन किया गया है कर खा सुन ਲਿਖ ਕੀ ਹਨ ਕਰ ਖਾ ਸੁਨ ਤੇ ਲਿਖ ਇਹ ਕੀ ਹਨ ਇਹ ਕਿਰਿਆਵਾ ਹੈ ਬੀ ਨਾਮ ਹੈ ਸੀ ਧਾਤੂ ਹੈ ਜੜੀ ਪੜਨਾਮ ਹੈ ਕੀ ਹੈ ਕਿਰਿਆਵਾ ਨਾਮ ਹੈ ਧਾਤੂ ਪੜਨਾਮ ਆਈ ਹੋਪ ਤੁਸੀਂ ਹੁਣ ਤੱਕ ਆਨਸਰ ਲੱਭ ਲਿਆ ਹੋਵੇਗਾ ਕੀ ਹੈ ਇਸ ਦਾ ਸਹੀ ਉੱਤਰ ਦੱਸੋ ਜਲਦੀ ક્રિયા ਕੀ ਹੁੰਦੀ ਹੈ ਨਾਮ ਕੀ ਹੁੰਦਾ ਹੈ ਪੜਨਾਮ ਧਾਤੂ ਆਪਾਂ ਸਭ ਕੁਝ ਡਿਟੇਲ ਵਿੱਚ ਕੀਤਾ ਹੈ ਤਾਂ ਹੀ ਤੁਹਾਨੂੰ ਕਹਿ ਰਹੀਆਂ ਅਗਰ ਤੁਸੀਂ ਮੇਰੀਆਂ ਪੁਰਾਣੀਆਂ ਵੀਡੀਓਜ਼ ਨਹੀਂ ਦੇਖੀਆਂ ਤਾਂ ਪਲੀਜ਼ ਉਹਨਾਂ ਨੂੰ ਜ਼ਰੂਰ ਦੇਖ ਲੈਣਾ ਦੱਸੋ ਇਸ ਦਾ ਕਈ ਸਹੀ ਉੱਤਰ ਕੀ ਹੈ ਏ ਕਿਰਿਆਵਾ ਬੀ ਨਾਮ ਸੀ ਧਾਤੂ ਯਾ ਡੀ ਪੜਨਾਮ ਕੀ ਹੈ ਇਸ ਦਾ ਸਹੀ ਉੱਤਰ ਸੀ ਧਾਤੂ ਕੀ ਹੈ ਇਸ ਦਾ ਸਹੀ ਉੱਤਰ ਸੀ ਧਾਤੂ ਹੁਣ ਅਗਲਾ ਹੈ ਆਪਨੇ ਕੋਲ ਹੇਠ ਲਿਖਿਆ ਵਿੱਚੋਂ ਸ਼ੁੱਧ ਵਾਕ ਚੁਣੋ ਹੁਣ ਆਪਾਂ ਸ਼ੁੱਧ ਵਾਕ ਲ ਬਣਾਉਣਾ ਵਿੱਚੋਂ ਦੱਸੋ ਕੀ ਹੈ ਇਸ ਦਾ ਸ਼ੁੱਧ ਵਾਕ A ਮੁੰਡਾ ਦੌੜਦਾ ਹੈ B ਮੁੰਡੇ ਨੇ ਦੌੜਦਾ ਹੈ ਜਾਂ ਮੁੰਡੇ ਦੌੜਦੇ ਹਨ ਜਾਂ ਮੁੰਡੇ ਦੌੜਦੇ ਹੈ ਠੀਕ ਹੈ ਦੱਸੋ ਇਸ ਦਾ ਸਹੀ ਉੱਤਰ ਕੀ ਹੈ ਮੁੰਡੇ ਦੌੜਦਾ ਹੈ ਇਹ ਦੇਖੋ ਧਿਆਨ ਨਾਲ ਪੜ੍ਹਨਾ ਹੈ ਮੁੰਡੇ ਦੌੜਦਾ ਹੈ B ਮੁੰਡੇ ਨੇ ਦੌੜਦਾ ਹੈ ਜਾਂ C ਮੁੰਡੇ ਦੌੜਦੇ ਹਨ ਯਾ मुंडे ਦੌੜਦੇ ਹੈ ਹੁਣ ਕੀ ਹੈ ਇਸਦਾ ਸਹੀ ਉੱਤਰ ਦੱਸੋ ਜਲਦੀ मुंडे ਦੌੜਦਾ ਹੈ ਇਹ ਤਾਂ ਬਣ ਨਹੀਂ ਸਕਦਾ मुंडे ਨੇ ਦੌੜਦਾ ਹੈ ਕੋਈ ਚੀਜ਼ ਲੈ ਕੇ ਥੋੜਾ ਚਲੇ ਹੈ मुंडे ਨੇ ਦੌੜਦਾ ਕੋਈ ਨਹੀਂ ਬਣਿਆ ਹੁਣ मुंडे ਦੌੜਦੇ ਹਨ ਯਾ मुंडे ਦੌੜਦੇ ਹੈ ਕੀ ਹੈ ਇਸਦਾ ਸਹੀ ਉੱਤਰ ਅਗਰ ਮੁੰਡਾ ਦੌੜਦਾ ਹੈ ਫਿਰ ਤਾਂ ਆ ਜਾਂਦਾ ਹੈ ਹੁਣ ਜਿਆਦਾ ਮੁੰਡੇ ਆ ਤਾਂ ਉਹਨਾਂ ਨਾਲ ਕੀ ਲੱਗੇਗਾ ਹਨ ਤਾਂ ਸਹੀ ਉੱਤਰ ਕੀ ਬਣਿਆ मुंडे ਦੌੜਦੇ ਹਨ ਕਲੀਅਰ ਹੋ ਗਿਆ ਵਾਕ ਸਮਝ ਆ ਗਿਆ ਪਲੀਜ਼ ਅਗਰ ਤੁਹਾਨੂੰ ਵੀਡੀਓ ਚੰਗੀ ਲੱਗ ਰਹੀ ਹੈ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦੇਣਾ ਤਾਂ ਕਿ ਮੈਨੂੰ ਵੀ ਪਤਾ ਲੱਗੇ ਕਿ ਤੁਹਾਨੂੰ ਵੀਡੀਓ ਸਮਝ ਆ ਰਹੀ ਹੈ ਜੋ ਕੁਝ ਮੈਂ ਕਰਵਾ ਰਹੀਆਂ ਤੁਹਾਨੂੰ ਸਮਝ ਆ ਰਿਹਾ ਹੈ ਮੇਰੀ ਵੀਡੀਓ ਤੁਹਾਡੇ ਲਈ ਇਹ ਵੀਡੀਓ ਬੈਨੀਫੀਸ਼ੀਅਲ ਹੈ ਠੀਕ ਹੈ ਇਸ ਕਰਕੇ ਪਲੀਜ਼ ਲਾਈਕ ਜ਼ਰੂਰ ਕਰ ਦੇਣਾ ਅਗਰ ਤੁਹਾਨੂੰ ਵੀਡੀਓ ਚੰਗੀ ਲੱਗ ਰਹੀ ਹੈ ਤੁਹਾਡੇ ਲਈ ਬੈਨੀਫੀਸ਼ੀਅਲ ਲੱਗ ਰਹੀ ਹੈ ਤੁਹਾਨੂੰ ਸਮਝ ਆ ਰਹੀ ਹੈ ਇਸ ਕਰਕੇ ਪਲੀਜ਼ ਵੀਡੀਓ ਨੂੰ ਲਾਈਕ ਜ਼ਰੂਰ ਕਰ ਦੇਣਾ ਹੁਣ ਆਪਣੇ ਕੋਲ ਅਜਾ ਪਹਿਲਾ ਪੇਪਰ ਖਤਮ ਹੋ ਗਿਆ ਹੁਣ ਆਪਾਂ ਅਜਾ ਦੂਸਰਾ ਪੇਪਰ ਕਰਨ ਜਾ ਰਹੇ ਹਾਂ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਕਿ ਕਿਸੇ ਪੇਪਰ ਵਿੱਚ 5 ਕੁਐਸਚਨ ਪੁੱਛੇ ਜਾਂਦੇ ਹਨ 10 ਕਿਸੇ ਵਿੱਚ 12 ਕਿਸੇ ਵਿੱਚ 13 ਠੀਕ ਹੈ ਤਾਂ ਪਹਿਲੇ ਪੇਪਰ ਵਿੱਚ ਆਪਣੇ ਕੋਲ 10 ਕੁਐਸਚਨ ਸੀ ਹੁਣ ਜਿਹੜਾ ਦੂਸਰਾ ਪੇਪਰ ਹੈ ਉਸ ਵਿੱਚ ਆਪਣੇ ਕੋਲ 5 ਕੁਐਸਚਨ ਹੀ ਹਨ ਜੋ ਕਿ ਪ੍ਰੀਵੀਅਸ ਈਅਰ ਕੁਐਸ਼ਨ ਪੰਜਾਬੀ ਪੰਜਾਬ ਦੇ ਕੰਪੀਟੀਟਿਵ ਇਗਜ਼ਾਮ ਵਿੱਚ ਜੋ ਪੰਜਾਬੀ ਆਂਦੀ ਹੈ ਉਸ ਵਿੱਚ ਪੁੱਛੇ ਗਏ ਹਨ ਹੁਣ ਪਹਿਲਾ ਆਪਣੇ ਕੋਲ ਹੈ ਉਲਟੀ ਵਾੜ ਖੇਤ ਨੂੰ ਖਾਈ ਕੀ ਹੈ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਇੱਕ ਮੁਹਾਵਰਾ ਖੋਦ ਜ਼ਰੂਰ ਪੁੱਛੀ ਜਾਂਦੀ ਹੈ ਤਾਂ ਹੁਣ ਆਪਣੇ ਕੋਲ ਪਹਿਲਾ ਕੁਐਸ਼ਨ ਹੈ ਉਲਟੀ ਵਾੜ ਖੇਤ ਨੂੰ ਖਾਈ ਕੀ ਹੈ ਮੁਹਾਵਰਾ ਹੈ ਵਕਾੰਸ਼ ਹੈ ਨਾਮ ਹੈ ਜਾਂ ਅਖਾਨ ਹੈ ਦੱਸੋ ਕੀ ਹੈ ਇਹ ਮੁਹਾਵਰਾ ਬੀ ਵਕਾਂਸ਼ ਸੀ ਨਾ ਜਾਂ ਡੀ ਅੱਖਾਂ ਕੀ ਹੈ ਆਪਣੇ ਕੋਲ ਉਲਟੀ ਵਾੜ ਖੇਤ ਨੂੰ ਖਾਏ ਕੀ ਹੈ ਆਪਣੇ ਕੋਲ ਦੱਸੋ ਜਲਦੀ ਜਲਦੀ ਇਸ ਦਾ ਉੱਤਰ ਦਿਓ ਕੀ ਹੈ ਆਪਣੇ ਕੋਲ ਡੀ ਅੱਖਾਂ ਡੀ ਅੱਖਾਂ ਉਲਟੀ ਵਾੜ ਖੇਤ ਨੂੰ ਖਾਏ ਕੀ ਹੈ ਆਪਣੇ ਕੋਲ ਅੱਖਾਂ ਅੱਗੇ ਹੈ ਆਪਣੇ ਕੋਲ ਹੇਠ ਲਿਖੇ ਵਿੱਚੋਂ ਕਿਹੜਾ ਸ਼ਬਦ ਸ਼ੁੱਧ ਹੈ ਫਿਰ ਦੁਬਾਰਾ ਆਪਣੇ ਕੋਲ ਸ਼ੁੱਧ ਸ਼ਬਦ ਪੁੱਛਿਆ ਤੁਹਾਨੂੰ ਦੱਸਿਆ ਨਾ ਸ਼ੁੱਧ ਸ਼ੁੱਧ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਵਚਨ ਲਿੰਗ ਪੁਲਿੰਗ ਠੀਕ ਹੈ ਇਹ ਕਾਫੀ ਕੁਐਸਚਨ ਐਗਜ਼ਾਮ ਵਿੱਚ ਪੁੱਛੇ ਜਾਂਦੇ ਹਨ ਠੀਕ ਹੈ ਬਹੁਤ ਜ਼ਿਆਦਾ ਈਜ਼ੀ ਵੀ ਹੁੰਦੇ ਹਨ ਪਰ ਸਮਝਣ ਦੀ ਗੱਲ ਹੈ ਜਦੋਂ ਸਮਝ ਆ ਗਿਆ ਤਾਂ ਆਪਾਂ ਨੂੰ ਸਭ ਕੁਝ ਸੌਖਾ ਹੀ ਲੱਗਦਾ ਹੈ ਠੀਕ ਹੈ ਹੁਣ ਆਪਣੇ ਕੋਲ ਦੂਸਰਾ ਕੁਐਸਚਨ ਹੈ ਸ਼ੁੱਧ ਰੂਪ ਦੇਖੋ ਇਸ ਦਾ ਕਿਹੜਾ ਹੈ ਸ਼ੁੱਧ ਸ਼ਬਦ ਸੁਣੋ ਏ ਏ ਵਾਲਾ ਸਹਿੰਦਾ ਬੀ ਸਹਿੰਦਾ ਸਹਿੰਦਾ ਜਾਂ ਸਹਿੰਦਾ ਕੀ ਹੈ ਆਪਣੇ ਕੋਲ ਇਸ ਦਾ ਸਹੀ ਉੱਤਰ ਦੱਸੋ ਦੱਸੋ ਇਸ ਦਾ ਸਹੀ ਉੱਤਰ दसो इसका सही उत्तर की है ए सहंदा बी सहिंदा सी सहंदा या डी आ वाला ठीक है की है इसका सही उत्तर ए सहंदा ठीक है हो गया क्लियर और अगे है आपने को वेरी वेरी इंपोर्टेंट ए भी रिपीट हो रहा क्वेश्चन विशेषण दिया किनिया किस्म होंदिया हैं विशेषण दिन किस्म हों वेरी वेरी इंपोर्टेंट ए चार बी पाँच ਸੀ 8 ਜਾਂ ਡੀ ਦੱਸ ਦੱਸੋ ਜਲਦੀ ਦਾ ਸਹੀ ਉੱਤਰ ਕੀ ਹੈ A 4 B 5 C 8 ਤੇ D 10 ਕੀ ਹੈ ਇਸ ਦਾ ਸਹੀ ਉੱਤਰ ਦੱਸੋ ਦੱਸੋ ਵਿਸ਼ੇਸ਼ਣ ਦੀਆਂ ਪੰਜ ਵੈਰੀ ਵੈਰੀ ਇੰਪੋਰਟੈਂਟ ਵਿਸ਼ੇਸ਼ਣ ਦੀਆਂ ਪੰਜ ਨਾਮ ਦੀਆਂ ਵੀ ਪੰਜ ਪੜੇ ਨਾਮ ਦੀਆਂ 6 ਕਿਰਿਆ ਵਿਸ਼ੇਸ਼ਣ ਦੀਆਂ 8 A 4 5 ਬਹੁਤ ਜ਼ਿਆਦਾ ਇੰਪੋਰਟੈਂਟ ਹੈ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਜਿਹੜੀਆਂ ਇਹ ਪ੍ਰਕਾਰ ਹੈ ਕਿਸਮਾਂ ਹੈ ਪਲੀਜ਼ ਇਹਨੂੰ ਕਿਸੇ ਕਾਪੀ ਤੇ ਜਾਂ ਇੱਕ ਵੱਖਰੇ పేਜ ਤੇ ਨੋਟ ਕਰ ਲਓ ਕਿਉਂਕਿ ਮੋਸਟਲੀ ਰਿਪੀਟਿਡ ਹੈ ਤੇ ਜਰੂਰ ਪੁੱਛੀਆਂ ਜਾਂਦੀਆਂ ਹਰ ਪੇਪਰ ਇਚ ਇਸ ਤਰ੍ਹਾਂ ਦੇ ਰਿਲੇਟਡ ਜਾਂ ਤਾਂ ਉਸੇ ਪ੍ਰਕਾਰ ਬਾਰੇ ਜਾਂ ਉਸ ਦੀ ਪਰਿਭਾਸ਼ਾ ਬਾਰੇ ਜਰੂਰ ਪੁੱਛਿਆ ਜਾਂਦਾ ਹੈ ਇੱਕ ਜਾਂ ਦੋ ਕੁਐਸਚਨ ਇਸ ਦੇ ਨਾਲ ਰਿਲੇਟਡ ਜਰੂਰ ਪੁੱਛੇ ਜਾਂਦੇ ਹਨ ਇਹ ਤੁਹਾਡੇ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਠੀਕ ਹੈ ਤਾਂ ਅਗਰ ਪਲੀਜ਼ ਤੁਸੀਂ ਇਹਨਾਂ ਨੂੰ ਅਜੇ ਤੱਕ ਨੋਟ ਨਹੀਂ ਕੀਤਾ ਤਾਂ ਨੋਟ ਜ਼ਰੂਰ ਕਰ ਲੈਣਾ ਠੀਕ ਹੈ ਅੱਗੇ ਹੈ ਆਪਣੇ ਕੋਲ ਦੁਸ਼ਮਨ ਵੈਰੀ ਸ਼ਤਰੂ ਦੁਸ਼ਮਨ ਵੈਰੀ ਸ਼ਤਰੂ ਦਾ ਹੋਰ ਕਿਹੜਾ ਸਮਾਨਾਰਥੀ ਸ਼ਬਦ ਹੋ ਸਕਦਾ ਹੈ ਸਮਾਨਾਰਥੀ ਪੁੱਛ ਰਿਹਾ ਦੁਸ਼ਮਨ ਦੁਸ਼ਮਨ ਵੈਰੀ ਸ਼ਤਰੂ ਦਾ ਹੋਰ ਕਿਹੜਾ ਸਮਾਨਾਰਥੀ ਸ਼ਬਦ ਹੋ ਸਕਦਾ ਹੈ ਇਹ ਹੰਕਾਰੀ ਬੀ ਕਾਤਲ ਸੀ ਵਿਰੋਧੀ ਯਾ ਡੀ ਦੁਜੈਲਾ ਕਿਹੜਾ ਹੋ ਸਕਦਾ ਹੈ ਦੱਸੋ ਜਲਦੀ ਇਸ ਦਾ ਉੱਤਰ ਇਹ ਹੰਕਾਰੀ ਬੀ ਕਾਤਲ ਸੀ ਵਿਰੋਧੀ ਜਾਂ ਡੀ ਦੁਜੈਲਾ ਕੀ ਹੈ ਇਸ ਦਾ ਸਹੀ ਉੱਤਰ ਸੀ ਵਿਰੋਧੀ ਕਿਉਂਕਿ ਸਮਨਾਰਥੀ ਪੁੱਛਿਆ ਸਮਨਾਰਥੀ ਦਾ ਕੀ ਹੈ ਇਸ ਦਾ ਸਹੀ ਸਮਨਾਰਥੀ ਦੁਸ਼ਮਨ ਵੈਰੀ ਸ਼ਤਰੂ ਦਾ ਵਿਰੋਧੀ ਕਾਤਲ ਨਹੀਂ ਹੋ ਸਕਦਾ ਕਾਤਲ ਮਾਰਨ ਵਾਲੇ ਨੂੰ ਕਿਹਾ ਜਾਂਦਾ ਨਾ ਹੰਕਾਰੀ ਹੋ ਸਕਦਾ ਤੇ ਨਾ ਹੀ ਦੁਜੈਲਾ ਹੋ ਸਕਦਾ ਇਸ ਦਾ ਸਹੀ ਉੱਤਰ ਕੀ ਹੈ ਵਿਰੋਧੀ ਅਗਲਾ ਕੁਐਸਚਨ ਇਹ ਵੀ ਇੰਪੋਰਟੈਂਟ ਹੈ ਬਹੁਤ ਜ਼ਿਆਦਾ ਇਹ ਵੀ ਰਿਪੀਟਿਡ ਹੈ ਪਹਿਲਾਂ ਕਿਸੇ ਕੁਐਸਚਨ ਵਿੱਚ ਕੁਐਸਚਨ ਪੇਪਰ ਵਿੱਚ ਇਹ ਆਇਆ ਹੋਇਆ ਠੀਕ ਹੈ ਹੁਣ ਕੀ ਹੈ ਮਧਾਨੀ ਸ਼ਬਦ ਨੂੰ ਸ਼ੁੱਧ ਕਰਕੇ ਸ਼ੁੱਧ ਕਰੋ ਮਧਾਨੀ ਸ਼ਬਦ ਨੂੰ ਸ਼ੁੱਧ ਕਰੋ ਕੀ ਹੈ ਨੀ ਸੇਮ ਐਵੇਂ ਆਪਸ਼ਨ ਸੀਗੇ ਉਲਟ ਪੁਲਟ ਹੈ ਪਰ ਆਪਸ਼ਨ ਇਹ ਹੀ ਹੈ ਪਹਿਲਾਂ ਵੀ ਇਹ ਹੀ ਆਪਸ਼ਨ ਆਪਣੇ ਕੋਲ ਪੁੱਛੇ ਗਏ ਸੀ ਮਦਾਨੀ ਮਤਲਬ ਇਹਦੇ ਵਿੱਚ ਕੋਈ ਚੇਂਜ ਨਹੀਂ ਦਾ ਉਵੇਂ ਦੀ ਉਵੇਂ ਲੱਗ ਜਾਏਗਾ ਮੈਂ ਠੀਕ ਹੈ ਉਸ ਤੋਂ ਬਾਅਦ ਹੈ ਡ ਧਦਾ ਧਦੇ ਦੇ ਕੰਨਾ ਕੀ ਹੈ ਇਸ ਦਾ ਸਹੀ ਉੱਤਰ ਦੱਸੋ ਜਲਦੀ ਮਦਾਨੀ ਜਾਂ ਮਧਾਨੀ ਕੀ ਹੈ ਇਸ ਦਾ ਸਹੀ ਉੱਤਰ ਡ ਮਧਾਨੀ ਇਹ ਸੀ ਅੱਜ ਦਾ ਲਾਸਟ ਕੁਸ਼ਚਨ ਠੀਕ ਹੈ ਆਈ ਥਿੰਕ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਏਗੀ ਅਗਰ ਵੀਡੀਓ ਚੰਗੀ ਲੱਗੀ ਹੈ ਤਾਂ ਪਲੀਜ਼ ਵੀਡੀਓ ਨੂੰ ਲਾਈਕ ਜ਼ਰੂਰ ਕਰ ਦੇਣਾ ਅਗਰ ਅਜ ਤੱਕ ਤੁਸੀਂ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ ਤਾਕੀ ਇਸ ਦੇ ਨਾਲ ਰਿਲੇਟਡ ਦੀਆਂ ਹੋਰ ਵੀਡੀਓਜ਼ ਵੀ ਤੁਹਾਡੇ ਕੋਲ ਲੈ ਕੇ ਮੈਂ ਆਂਦੀ ਰਵਾਂ ਤੇ ਤੁਹਾਨੂੰ ਨੋਟੀਫਿਕੇਸ਼ਨ ਆਂਦੀ ਰਹੇ ਤੇ ਪਲੀਜ਼ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰ ਦੇਣਾ ਤਾਂਕਿ ਇਸ ਦੇ ਹੋਰ ਵੀ ਇਸ ਵੀਡੀਓਜ਼ ਨਾਲ ਹੋਰ ਵੀ ਜੋ ਸਟੂਡੈਂਟਸ ਪੰਜਾਬ ਦੇ ਕੰਪੀਟੀਟਿਵ ਇਗਜ਼ਾਮ ਦੀ ਪ੍ਰੈਪਰੇਸ਼ਨ ਕਰ ਰਹੇ ਹਨ ਤਾਂ ਉਹਨਾਂ ਨੂੰ ਵੀ ਇਸ ਚੀਜ਼ ਦਾ ਫਾਇਦਾ ਮਿਲ ਸਕੇ ਥੈਂਕ ਯੂ